ਮੰਮਾ ਦੇ ਪਾਰੀ ਕਰੋ ਇੱਥੇ। ਓ ਮੇਰਾ ਪੁੱਤ ਇੱਥੇ ਵੀ ਕਰਦੇ ਹਿਪਸ ਤੇ ਫੋਹੈਡ ਤੇ, ਫੋਹੈਡ ਤੇ ਵੀ ਕਰਦੇ ਮੰਮਾ ਦੇ। ਨੀ ਮੇਰਾ ਮਾਂ ਦਾ ਲਾਡਲਾ ਪੁੱਤ, ਨੀ ਮਾਂ ਦਾ ਦੀਸੀ ਦੀਸੀ ਪੁੱਤ ਤੇ ਠੀਕ ਵਾ। ਹਾਏ ਮੇਰੇ ਰੱਬਾ, ਇੰਨਾ ਖਲਾਰਾ ਪਾ ਕੇ ਬੈਠੀ ਹੈ ਥੱਲੇ। ਲੈ ਵੀ ਇਹਨੂੰ ਨੀ ਚੈਨ ਆਉਂਦਾ, ਇਹਦੇ ਕਰਮਾਂ ਚ ਨੀ ਚੈਨ ਹੈਗਾ। ਇੰਨੀ ਧੁੱਪ ਲੱਗੀ ਓ, ਕੰਮ ਕੁੰਮ ਕਰਕੇ ਤੇ ਬੰਦਾ ਘੜੀ ਰੈਸਟ ਕਰ ਲੈਂਦਾ, ਕਦੀ ਸੋਫਿਆਂ ਨੂੰ ਧੂ ਕੇ ਇੱਧਰ ਨੂੰ, ਕਦੀ ਉੱਧਰ ਨੂੰ। ਜਦੋਂ ਟਹਿਰ ਇਹਨਾਂ ਦੇ ਟਾਇਰ ਜਿਹਾ ਟੁੱਟ ਗਏ ਤੇ ਫਿਰ ਮੰਮੀ ਇਹਨਾਂ ਨੂੰ ਕਹੂਗੀ ਨਾ ਵੀ ਨਵੇਂ ਲਿਆ ਦੇ। ਹਜੇ ਉਹਨਾਂ ਦੇ ਸਾਹਮਣੇ ਨੰਬਰ ਬਣਾਉਂਦੀ ਰਹਿੰਦੀ ਹੈ ਵੀ ਮੈਂ ਉਹ ਕੰਮ ਕਰਦੀ ਤੇ ਆਹ ਕਰਦੀ। ਦੱਸ ਟਿਕੇ ਰਹਿੰਦੇ ਇਹਨਾਂ ਨੂੰ, ਇਹਨਾਂ ਨੂੰ ਕੀ ਹੋ ਗਿਆ ਵਾ, ਉੱਲੀ ਲੱਗੀ ਹੈ ਨਾ ਇਹਨਾਂ ਨੂੰ, ਜਿਹੜਾ ਬਾਹਰ ਕੱਢ ਕੇ ਧੁੱਪੇ ਸੁੱਕਣੇ ਪਾ ਦਿੱਤੇ, ਜਾਣ ਕੇ ਖਲਾਰਾ ਪਾ ਛੱਡਦੀ। ਨਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ। ਆ ਮੇਰਾ ਪੁੱਤ ਤੈਨੂੰ ਮੈਂ ਸਵਾਲਾਂ, ਮੈਂ ਨੀ ਥੱਲੇ ਜਾਣਾ, ਆ ਵੇਖ ਕਿੰਨਾ ਖਲਾਰਾ ਪਿਆ ਨਾ ਥੱਲੇ, ਹਨਾ ਚੱਲ ਆ ਸਵਾਲਾਂ। ਵੇਖਦੀ ਭਲਾ ਇੱਥੋਂ ਕਿ ਹੁਣ ਕੀ ਲੈ ਕੇ ਆਉਂਦੀ ਆ ਬਾਹਰ ਕੱਢ ਕੇ, ਇੱਥੇ ਹੋ ਜਾ ਗੁਰਵਰ, ਸਾਨੂੰ ਕੋਈ ਵੇਖੇ ਨਾ, ਬੋਲੀ ਨਾ ਚੰਗਾ ਤੂੰ, ਚੁੱਪ ਕੀਤਾ ਰਹੀ ਮੇਰੇ ਪੁੱਤ। ਗੁਰਵਰ ਹੋ ਜਾ ਇੱਧਰ, ਦੇਖਦੀ ਵੇਖਦੀ ਆ ਨਾ ਭਲਾ ਕੀ ਦਰਸ਼ਨ ਕਰਦੀ ਹੈ। ਜਿੰਨਾ ਤੱਕ ਇਹ ਗਸ਼ ਖਾ ਕੇ ਥੱਲੇ ਡਿੱਗੀ ਨਾ ਨਾ ਧੁੱਪੇ, ਉਹਨਾਂ ਤੱਕ ਨਹੀਂ ਇਹਨੇ ਹਟਣਾ। ਇੱਕ ਗੱਲੋਂ ਤਾਂ ਚੱਲ ਚੰਗਾ, ਜਿਹੜੇ ਸੋਫੇ ਇਹਨੇ ਧੁੱਪੇ ਸੁੱਕਣੇ ਪਾ ਤੇ ਹੈ ਤੇ ਮੇਰੇ ਹੀ ਆ, ਕਰਦੀ ਕੀ ਫਿਰਦੀ ਰਹਿੰਦੀ ਹੈ। ਇਹ ਤੇ ਪੁੱਤ ਸਾਡੇ ਹੀ ਆ ਸੋਫੇ, ਲੈ ਗੱਦੇ ਲੈ ਆਈ, ਡੈਡੀ ਵੀ ਆ ਗਿਆ ਇਹਨੂੰ ਫੁੱਲੀਆਂ ਪਾਉਣੇ ਹੀ ਤੇ ਚਾਹੁੰਦੀ ਸੀ ਪੁੱਤ। ਮੈਂ ਕੰਮ ਕਰਦੀ ਡੈਡੀ, ਕੱਲੀ ਇਨਾ ਖਲਾਰਾ ਪਾ ਕੇ ਬਹਿ ਗਈ ਆ। ਡੈਡੀ ਮੈਂ ਹਾਂ ਸਫਾਈਆਂ ਕਰ ਹੀ ਲਵਾਂ, ਫਿਰ ਤੁਹਾਨੂੰ ਪਤਾ ਵਿਸਾਖੀ ਵੀ ਆਈ ਆ ਤੇ ਨਾਲੇ ਫਿਰ ਕੀ ਪਤਾ ਕਿੱਦਣ ਨੂੰ ਸੁਮਨ ਨੂੰ ਜਾਣਾ ਪੈ ਜਾਣਾ ਹਸਪੀਟਲ, ਫਿਰ ਸਫਾਈ ਹੋਊਗੀ, ਫਿਰ ਪ੍ਰਾਹੁਣੇ ਵੀ ਆਉਣੇ ਆ। ਬੋਲ ਕੱਲੀ ਨੇ ਤੂੰ ਥੱਕ ਜਾਣਾ ਹੀ ਹੋ, ਇੰਨਾ ਕੱਢ ਲਏ, ਚੱਲ ਮੈਂ ਆ ਜਾਂਦਾ ਬਾਹਰ, ਚੱਲ ਮੈਂ ਕਢਾ ਦਿੰਦਾ ਤੇ ਆ ਜਾਣਾ, ਕੋਈ ਨਹੀਂ ਸੋਨੂੰ ਹੋਣਾ ਨੇ ਮੁੜ ਕੇ ਕੱਢ ਲੈਂਦੇ। ਤੂੰ ਬਹਿ ਜਾ ਹੁਣ, ਘੜੀ ਰਮਾਨ ਕਰ ਲਾ ਜਾ। ਨਹੀਂ ਨਹੀਂ ਕੋਈ ਗੱਲ ਨਹੀਂ, ਜਰਾ ਧੁੱਪ ਬੜੀ ਲੱਗੀ ਆ, ਜਰਾ ਇਹ ਆ ਵੀ ਠੰਡੇ ਹੋਏ ਕੱਢ ਲਾਂਗੇ। ਨਹੀਂ ਫਿਰ ਡਰ ਜੀ ਧੋਪੀ ਤੇ ਲਵਾਉਣੀ ਆ, ਤੇ ਉਹ ਸੁੱਖ ਸੁੱਖ ਤੇ ਜੇ ਸੁੱਤੀ ਆ ਜੇ ਨਹੀਂ ਆਈ ਉਹ ਹੇਠਾਂ। ਨਹੀਂ ਤੂੰ ਉਹਨੂੰ ਵੀ ਨਾਲ ਪਤਾ ਲਾ ਲੈਣਾ ਸੀ ਨਾ, ਚੱਲ ਸਾਰੀਆਂ ਰਲ ਮਿਲ ਕੇ ਕੰਮ ਕਰ ਲੈਂਦੀ, ਘਰ ਦਾ ਕੰਮ ਤੇ ਇਦਾਂ ਹੀ ਨਿਬੜਦੇ ਆ ਸਾਰੀਆਂ ਰਲ ਮਿਲ ਕੇ ਕਰਨ ਤੇ। ਚਾਹ ਲੈਣ ਆਈ ਸੀ ਕਿਤੇ, ਮੈਂ ਕਿਹਾ ਸੀ ਸਫਾਈ ਕਰ ਲਈਏ, ਹਾਂ ਤੇ ਕਹਿਣ ਡਈ ਸੀ ਨਹੀਂ ਮੈਨੂੰ ਅਲਰਜੀ ਆ ਨੂੰ, ਫਿਰ ਡਸਟ ਤੋਂ ਅਲਰਜੀ ਆ ਨਾ। ਹੈਲੋ ਗਾਇਸ, 334 ਰਮੀ ਕੀ ਇੱਕ ਗੇਮਿੰਗ ਪਲੇਟਫਾਰਮ ਹੈ, ਇਸ ਵਿੱਚ ਕੈਪਚਾ ਭਰ ਕੇ ਤੇ ਨੰਬਰ ਤੇ ਪਾਸਵਰਡ ਲਾ ਕੇ ਅਕਾਊਂਟ ਬਣ ਜਾਂਦਾ ਹੈ। ਇਸ ਵਿੱਚ ਬਹੁਤ ਹੀ ਸਾਰੀਆਂ ਗੇਮਾਂ ਹਨ, ਇਸ ਤੇ ਕਲਿੱਕ ਕਰਕੇ ਕੋਇਨ ਵੀ ਮਿਲ ਜਾਂਦੇ ਹਨ, ਉਹ ਵੀ ਬਹੁਤ ਜ਼ਿਆਦਾ ਤੇ ਬਹੁਤ ਥੋੜੇ ਵਿੱਚ। ਹੁਣ ਅਸੀਂ ਗੇਮ ਲਗਾ ਲਿਆ ਹੈ ਟਾਈਗਰ ਤੇ ਡਰੈਗਨ ਦਾ, ਦੇਖੋ ਕਿੰਨੀ ਜਲਦੀ ਗੇਮ ਲੋਡ ਹੋ ਗਿਆ ਹੈ। ਹੁਣ ਬਸ ਅਸੀਂ ਗੈਸ ਹੀ ਕਰਨਾ ਆ ਕਿ ਟਾਈਗਰ ਆਊਗਾ ਕਿ ਡਰੈਗਨ, ਤੇ ਅਸੀਂ ਸਿੰਪਲ ਦੋਨਾਂ ਤੇ ਕਲਿੱਕ ਕਰ ਦਿੱਤਾ ਹੈ। ਹੁਣ ਦੇਖੋ ਡਰੈਗਨ ਦਾ ਨੰਬਰ 7 ਆਇਆ ਤੇ ਟਾਈਗਰ ਦਾ ਨੰਬਰ 10। ਹੁਣ ਗੇਮ ਨੂੰ ਟਾਈਗਰ ਨੇ ਬਹੁਤ ਹੀ ਚੰਗੀ ਤਰ੍ਹਾਂ ਖੇਡ ਲਿਆ ਹੈ। ਹੁਣ ਸਵਾਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਦਡਰਾਅ ਕਿਵੇਂ ਕਰ ਸਕਦੇ ਹਾਂ,
ਤੇ ਹੇਠਾਂ ਇੱਕ ਵਿਦਡਰਾਅ ਬਟਨ ਦਿੱਤਾ ਹੋਇਆ ਵਾ, ਉਸ ਤੇ ਕਲਿੱਕ ਕਰਕੇ ਤੇ ਇੱਦਾਂ ਦਾ ਇੰਟਰਫੇਸ ਖੁੱਲ ਜਾਣਾ ਵਾ, ਤੇ ਉਹਨੂੰ ਸਿਲੈਕਟ ਕਰਕੇ ਆਪਣੀ ਜਿੰਨੀ ਵੀ ਜ਼ਰੂਰਤ ਆ ਉਨਾ ਵਿਦਡਰਾਅ ਕਰ ਸਕਦੇ ਹਾਂ। ਬਸ ਹੋ ਗਿਆ। ਇਸ ਤੋਂ ਇਲਾਵਾ ਸ਼ੇਅਰ ਤੇ ਕੈਸ਼ ਦਾ ਵੀ ਆਪਸ਼ਨ ਆ, ਤੁਸੀਂ ਵਟਸਐਪ, ਫੇਸਬੁੱਕ ਇਹਨਾਂ ਰਾਹੀਂ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਹੁਣ ਸਵਾਲ ਆਉਂਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਵਿਦਡਰਾਅ ਕਿਵੇਂ ਕਰ ਸਕਦੇ ਹਾਂ? ਤੇ ਤੁਹਾਨੂੰ ਕਮਿਸ਼ਨ ਵੀ ਮਿਲ ਸਕਦੀ ਆ, ਤੇ ਉਹ ਵੀ ਫ੍ਰੀ ਦੇ ਵਿੱਚ। ਜਾਓ ਤੇ ਡਾਊਨਲੋਡ ਕਰੋ, ਕਮੈਂਟ ਦੇ ਵਿੱਚ ਪਿੰਨ ਕੀਤਾ ਹੋਇਆ ਹੈ। ਤੇ ਕਹਿੰਦੀ ਫਿਰ ਮੈਨੂੰ ਅੱਗੇ ਉਹਨੂੰ ਮਾੜੀ ਮਾੜੀ ਖੰਘ ਆਉਣ ਦੀ ਆ ਰਾਤ ਦੀ। ਮੰਮੀ ਤੇਰੀ? ਮੰਮੀ ਪਤਾ ਨਹੀਂ, ਐਨੂੰ ਹੀ ਗਏ ਸੀਗੇ ਚੁੰਨੀ ਚੰਨੀ ਲੈ ਕੇ ਨਵੀਂ। ਇਹਦੇ ਘਰ ਚਲ ਗਈ ਉਹ? ਪਤਾ ਨਹੀਂ ਮੈਨੂੰ ਲੱਗਾ। ਲੈ ਮੈਂ ਤੇ ਉਧਰੋਂ ਆਇਆ ਉਹ। ਮੈਂ ਫਿਰ ਅੱਜ ਕਰ ਲੈਣੀ ਆ, ਫਿਰ ਵਿਸਾਖੀ ਤੇ ਵੀ ਹੋ ਜੂਗੀ ਨਾਲੇ। ਚਲੋ ਜਿੰਨੇ ਜੋਗੇ ਆ ਗਏ ਨੇ। ਚਲ ਇਦਾਂ ਕਰ ਮੇਰਾ ਪੁੱਤ, ਹੁਣ ਘਰੀ ਰੈਸਟ ਕਰ ਲਾ, ਪਾਣੀ ਪੂਣੀ ਪੀ ਠੰਡਾ। ਨਹੀਂ ਡੈਡੀ ਜੀ, ਮੈਂ ਹਾਂ ਕੱਢਦਾ ਗੱਦੇ ਗੁੱਦੇ। ਕਿੰਨੇ ਘਰੇ ਗਏ ਲਿਆ, ਮੈਂ ਕਢਾ ਦਿੰਦਾ ਨਹੀਂ ਤੇ ਨਾਲ। ਨਹੀਂ ਕੋਈ ਨਹੀਂ, ਤੁਸੀਂ ਬਹਿ ਜਾਓ। ਉਹ ਬਹਿ ਤੇ ਮੈਂ ਜਾਂਦਾ ਪੁੱਤ। ਨਹੀਂ ਨਹੀਂ ਮੈਂ ਨਹੀਂ ਕੁਛ ਵੀ ਖਾਣਾ, ਮੈਨੂੰ ਤੇ ਤੇਰਾ ਆਉਣ ਡਿਆ ਵੀ ਤੂੰ ਦੱਸ ਕੱਲੀ ਲੱਗੀ ਹੈ ਤੇ ਕਿੱਦਾਂ ਧੂ ਧੂ ਕੇ ਲਿਆਂਦੇ ਹੋਣਗੇ ਤੂੰ ਬਾਹਰ ਕੱਲੀ ਨੇ। ਦੱਸ ਤੇ ਤੂੰ ਮੈਨੂੰ ਉਦੋਂ, ਜਦੋਂ ਮੈਂ ਘਰੋਂ ਗਿਆ ਮੈਨੂੰ ਉਦੋਂ ਦੱਸ ਦਿੰਦੀ ਤੇ ਮੈਂ ਤੇਰੇ ਨਾਲ ਉਦੋਂ ਹੀ ਕਢਾ ਦਿੰਦਾ। ਦੱਸ ਵੇਖ ਕੁੜੀ ਕੱਲੀ ਲੱਗੀ ਉਹ, ਇਹਨੂੰ ਆਪਣੀ ਸਿਹਤ ਦਾ ਕੋਈ ਖਿਆਲ ਨਹੀਂ ਗਾ ਵੀ ਡੈਡੀ ਵੀ ਬਿਮਾਰ ਹੋ ਜਾਊਗੀ। ਧੁੱਪ ਵਾ, ਫਫੜੇ ਕੁੱਟਦੇ ਈ ਬਹੁਤੇ ਹੀ ਲੈ ਪਈ ਇਹਦੇ ਨਾਲ, ਫਫੜੇ ਕੁੱਟਦੇ ਰਹਿੰਦੇ ਵੀ ਕੀ ਲਿਆ ਕੇ ਦਿੰਦੀ ਤੁਹਾਨੂੰ ਇੱਥੇ, ਪੇਕਿਆਂ ਦਾ ਸਾਡੇ ਤੋਂ ਇੱਥੇ ਹੁੰਦਾ ਸਾਰਾ ਕੁਛ। ਹੈਂ ਰੋ ਬਣਾ ਕਿੱਦਾਂ ਸੁੱਕਣੇ ਪਾਉਣ ਡਈ ਚੀਜ਼ਾਂ, ਵੀ ਜਿੱਦਾਂ ਇਹਦੇ ਪੇਕਿਆਂ ਤੋਂ ਆਇਆ ਹੁੰਦਾ ਸਾਰਾ ਕੁਛ। ਵੇ ਡੈਡੀ ਦੇ ਸਾਹਮਣੇ ਤਾਂ ਉਹਨਾਂ ਨੇ ਸਗੋਂ ਹੀ ਕੰਮ ਕਰਨਾ ਨਾ, ਵੀ ਉਹ ਇਹਦੀ ਸਪੋਰਟ ਜੋ ਕਰਦਾ ਵਾ। ਮੰਮੀ ਕੋਈ ਵਾਵਾ ਇਹ ਸੈੱਟ ਰਹਿੰਦੀ ਹੈ, ਵਾਵਾ ਮੰਮੀ ਇਹਨੂੰ ਪ੍ਰਸ਼ਾਦ ਦਿੰਦੀ ਹੈ, ਹੌਲੀ ਕਰਦੀ ਰਹਿੰਦੀ ਹੈ ਇਹਨੂੰ, ਇਹਦਾ ਇੰਨਾ ਕੁ ਘੱਟਾ ਝੜਦਾ ਹੀ ਰਵੇ ਤਾਂ ਚੰਗੀ ਗੱਲ। ਆ ਵੀ ਲਿਆਵਾਂ ਮੰਜਾ, ਨਹੀਂ ਤਾਂ ਇੱਥੇ ਹੈਂ ਜੇ ਹੋਰ ਕੋਈ ਹੈਗਾ ਵਾ ਤੇ ਇੱਥੇ ਪਾ ਦੇ। ਉਹ ਡੈਡੀ ਫਿਰ ਸੁਮਨ ਹੋਣਾ ਨੂੰ ਕਹਿੰਨੀ ਆ ਉੱਠੋ, ਤੇ ਫਿਰ ਉਹਨਾਂ ਦੇ ਅੰਦਰ ਵਾਲੇ ਸੁੱਖ ਵਾਲੇ ਦੇ ਅੰਦਰ ਵਾਲੇ ਤੇ ਉੱਤੇ ਦਾ ਉੱਤੇ ਕਰ ਦੇਣੀ ਸਫਾਈ। ਚੱਲ ਕੋਈ ਨਹੀਂ, ਆਪੇ ਜਿਹੜੀ ਉਹ ਆਪੇ ਕਰ ਲੈਣਗੀਆਂ। ਰਹਿਣ ਦੇ ਜਿੰਨੇ ਕੁ ਨਿਕਲ ਗਏ ਰਹਿਣ ਦੇ, ਮੇਰਾ ਪੁੱਤ ਮੈਨੂੰ ਤਰਸ ਆਉਂਦਾ ਤੇਰੇ ਵੱਲ ਵੇਖ ਕੇ। ਪੁੱਤ ਇੰਨੀ ਧੁੱਪ ਲੱਗੀ, ਬਿਮਾਰ ਪੈ ਗਈ ਤੇ ਫਿਰ? ਫਿਰ ਕੀ ਡੈਡ ਜੀ, ਘਰ ਦਾ ਹੀ ਕੰਮ ਨਹੀਂ ਕਰਦਾ ਰੇ ਕੰਮ ਹੈਗਾ ਪੁੱਤ, ਇੱਥੇ ਅਸੀਂ ਕਿਹੜਾ ਦਫ਼ਤਰੇ ਜਾਣਾ ਵਾ, ਵੀ ਅਸੀਂ ਅੱਜ ਹੀ ਕਰਨਾ ਵਾ ਇਹ, ਰਹਿਣ ਦੇ ਘਰੇ ਹੀ ਆ, ਸਾਹ ਲੈ ਕੇ ਕਰ ਲਈ ਮੇਰਾ ਪੁੱਤ। ਇਹ ਵੀ ਮੂਡ ਹੀ ਹੁੰਦਾ ਡੈਡ ਜੀ, ਜਿੱਦਣ ਕਰਨਾ ਸ਼ੁਰੂ ਕਰੀਏ ਨਾ ਉਦਾਂ ਹੀ ਆ, ਕਈ ਵਾਰੀ ਤੇ ਝਾੜੂ ਵੀ ਉੱਤੇ ਉੱਤੇ ਨਗਾ ਦੇਈਦਾ। ਚੱਲ ਕੋਈ ਨਹੀਂ ਪੁੱਤ, ਬਸ ਕਰ ਬਸ ਕਰ, ਮੈਂ ਤੈਨੂੰ, ਮੈਨੂੰ ਨਹੀਂ ਉਹ ਚੰਗਾ ਲੱਗਣ ਡਿਆ ਇੰਨੀ ਧੁੱਪ ਦੇ ਵਿੱਚ ਤੂੰ ਡਈ ਖੱਪਣ। ਮੰਮੀ ਤੇਰੀ ਆ ਜਾਂਦੀ ਤੂੰ ਨਾਲ ਡਾ ਦੀ, ਆਹੋ ਬਹਿ ਜਾ ਘੜੀ। ਡੈਡੀ ਲੈ ਗਏ ਕਿ ਨਹੀਂ ਅੰਦਰ? ਬਹੁਤੇ ਹੀ ਚਲਾਕ ਆ ਡੈਡੀ ਤੇ ਮੀਸਣੀ ਤੇ, ਜਿਹੜੀ ਡੈਡੀ ਸਾਹਮਣੇ ਹੁੱਬ ਹੁੱਬ ਕੰਮ ਕਰਦੀ। ਮਨ ਹੁਣ ਕਾਹਨੂੰ ਮੁੰਡਾ ਲੈ ਕੇ ਧੁੱਪੇ ਸਾੜਨ ਡਈ ਆ, ਸਵਾਲ ਇਹਨੂੰ ਅੰਦਰ। ਤੈਨੂੰ ਦੇਖਦਾ ਨਹੀਂ ਆ ਆ ਕੂੜਾ ਕਿੱਦਾਂ ਕੱਢਣ ਦੀ ਹੈ।
ਤੇ ਭਾਬੀ ਚੰਗਾ ਭਲਾ ਕੱਢਣ ਤੇ ਡਈ ਆ ਇੱਥਾਂ ਹੀ ਤਾਂ ਉਦਾਂ ਕੂੜਾ ਤੇ ਫਰਸ਼ ਵਾਲੇ ਝਾੜੂ ਨਾਲ ਆਹ ਲੈ ਆ ਮਾਂਜੀਆਂ ਕੱਢ ਤੇ ਆਦ ਮੈਨੂੰ ਲੱਭਾ ਨਹੀਂ ਆ ਤਾਂ ਹੀ ਮੈਨੂੰ ਟੁੱਟਾ ਉੱਥੇ ਪਿਆ ਹੈਗਾ ਤੇ ਮੈਂ ਲੈ ਆਈ ਆ ਤੇ ਜਿੱਦਾਂ ਨਹੀਂ ਹੋਈਆਂ ਨੇ ਤੂੰ ਤਾਂ ਆਪ ਹੀ ਝਾੜੂ ਨੂੰ ਤੋੜਦਾ ਲੱਗਦਾ ਮੈਂ ਤੋੜਿਆ ਭਾਬੀ ਤੂੰ ਕਿਉਂ ਕਿੰਨੀ ਕੰਜੂਸੀ ਕਰਦੀ ਨਵੇਂ ਝਾੜੂ ਲੈ ਆਣਾ ਇੱਕ ਤੁਸੀਂ ਕਿਹੜਾ ਲਿਆਉਣਾ ਨਾ ਤੂੰ ਤੇ ਨਾ ਡੈਡੀ ਨੂੰ ਜੇ ਸੁਣਾ ਦੇਵਾਂ ਤੁਸੀਂ ਬਰਗਰ ਖਾਈ ਜਾਂਦੇ ਝਾੜੂ ਜਿਹੜਾ ਕੱਸਿਆ ਉਹ ਤੁਹਾਨੂੰ ਪਤਾ ਨਹੀਂ ਆ ਤੇ ਜੇ ਭਾਬੀ ਵੀਰ ਪੈਸੇ ਤੈਨੂੰ ਦਿੰਦੇ ਤੇ ਲਿਆਉਣੇ ਵੀ ਤੂੰ ਹੀ ਆ ਜਿਹੜਾ ਕਿੱਥੋਂ ਪੈਸੇ ਦਿੰਦਾ ਡੈਡੀ ਨੂੰ ਆ ਕੇ ਸ਼ਾਮ ਨੂੰ ਪੈਸੇ ਫੜਾਉਂਦੇ ਜੇ ਮੈਨੂੰ ਫੜਾਉਂਦੇ ਮੈਂ ਤੁਹਾਨੂੰ ਕਹਾਂ ਹੀ ਨਾ ਜੇ ਡੈਡੀ ਨੂੰ ਫੜਾਉਂਦੇ ਤਾਂ ਡੈਡੀ ਨੇ ਦੇ ਵੀ ਦੇਣਾ ਸੀ ਹੁਣ ਪੈਸੇ ਦੇ ਦੇਣੇ ਵੀ ਜਾ ਝਾੜੂ ਲੈ ਆ ਹਾਂ ਪੁੱਛ ਡੈਡੀ ਨੂੰ ਸੁੱਤੇ ਡੈਡੀ ਵੇਖਣਾ ਵੁਖਣਾ ਕੋ ਹੁੰਦਾ ਨੇ ਭਾਬੀ ਨੂੰ ਬਸ ਦਵਾਲੇ ਹੋਣ ਦਾ ਮੌਕਾ ਚਾਹੀਦਾ ਵਾ ਕਾਦੀ ਤੁਸੀਂ ਕਿਟਕੜ ਲਾਈ ਆ ਬਗਾਨੇ ਘਰ ਲਾਉਂਦਾ ਤੂੰ ਜ਼ਿਆਦਾ ਨੋਕਾ ਟੋਕੀ ਕਰਦੀ ਆ ਬਗਾਨੇ ਕਰੋ ਜੇ ਹੁਣ ਸੁਧੀ ਹੋ ਤੇ ਫੇਰ ਹੀ ਵਧੀਆ ਆ ਕੇ ਮਾਰ ਮਾਰ ਲਾ ਸਿਆਣੀ ਇੱਥੇ ਰਹਿ ਤੇ ਫੇਰ ਨਾਲ ਹੀ ਇਹਦੇ ਸਾਰੇ ਚਲ ਜਿਓ ਆਹੋ ਚਲ ਜਾਵਾਂਗੇ ਆਹੋ ਸਮਝਾਉਣ ਨੂੰ ਸਿਆਣੀ ਹੱਥੀ ਕਹਿੰਦੇ ਨਾ ਮੈਨੂੰ ਸੁਣਦੇ ਰਹਿਣ ਦੇ ਰਹਿਣ ਦੇ ਨਹੀਂ ਅਮਰਤ ਆਪੇ ਮਾਰ ਰਹਿਣ ਦੇ ਡੈਡੀ ਮੈਂ ਨਹੀਂ ਕੁਛ ਵੀ ਤੈਨੂੰ ਕਹਿਣ ਦੇਣਾ ਜਦੋਂ ਮੁੰਡਾ ਤੁਹਾਡਾ ਤੁਹਾਨੂੰ ਪੈਸੇ ਭੇਜ ਦਿੰਦਾ ਤੇ ਜੇ ਫਰਜ਼ ਝਾੜੂ ਘਸ ਗਿਆ ਤੇ ਹੁਣ ਮੈਂ ਥੋੜੀ ਲਾਉਣਾ ਦੁਕਾਨ ਤੇ ਝਾੜੂ ਆ ਜਾਊਗਾ ਤੂੰ ਤਾਂ ਕਹਿ ਸੌਂਸ ਲੈਣਾ ਵੀ ਝਾੜੂ ਲੈ ਆਓ ਤੂੰ ਕਿਰਪਾਨ ਫੜੀ ਆ ਲੈ ਆਓ ਕਿਰਪਾਨ ਕਾਦੀ ਝਾੜੂ ਹੀ ਆ ਕਿਰਪਾਨ ਨਹੀਂ ਆ ਚੁੱਪ ਕਰਕੇ ਤੂੰ ਤਾਂ ਕਹਿਆ ਵੀ ਝਾੜੂ ਮਾੜਾ ਵਾ ਝਾੜੂ ਲੈ ਆਓ ਹਰ ਵੇਲੇ ਕੁੜੀ ਦੇ ਮਗਰ ਪਈ ਰਹੀ ਚੱਲ ਮੈਂ ਚੌਂਕੇ ਦਾ ਕੰਮ ਕਰਨਾ ਤੇ ਸਬਜ਼ੀ ਧਰਨੀ ਆ ਪਾਥੀਆਂ ਲੈ ਦੇ ਰਹਿਣ ਦੇ ਹੁਣ ਮੈਂ ਨਹੀਂ ਵੇਲੀ ਜਾਣਾ ਵੇਲੀ ਪਰਲੀ ਵੇਲੀ ਹੋਰ ਕਿੱਥੇ ਹੋਰ ਕੁੜੀ ਨਾਲ ਨਹੀਂ ਜਾਣਾ ਪਾਥੀਆਂ ਲੈਣ ਹੋਰ ਕੌਣ ਨੇ ਆਉ ਜਾ ਤੂੰ ਲੈ ਜਾ ਕੇ ਮੈਂ ਨਹੀਂ ਜਾਣਾ ਮੈਂ ਇਦਾਂ ਜਾਵਾਂ ਨਾ ਮੈਂ ਤੇਰੀ ਹੈ ਚੱਲ ਆ ਫਿਰ ਚੱਲ ਲਿਆ ਪੁੱਤ ਮੈਂ ਲਿਆ ਦੇਣਾ ਤੈਨੂੰ ਰਹਿਣ ਦੇ ਤੂੰ ਆ ਜਾ ਡੈਡੀ ਲਿਆਉਂਦੇ ਡੈਡੀ ਸਿਆਣੇ ਆ ਇਹ ਨਰਸ ਲੱਗੀ ਓ ਤਾਂ ਨਰਸ ਲੈ ਆਉਣੀ ਉਦੋਂ ਨਰਸ ਲੈ ਆਉਣੀ ਸਾਨੂੰ ਕੀ ਪਤਾ ਸੀ ਤੇਜ਼ ਦੀ ਬਲਾ ਵਾ ਨਰਸ ਲਿਆਉਣੀ ਭਾਬੀ ਵੀਰ ਨੂੰ ਕਹਿ ਕੇ ਤੇ ਆ ਗੱਡੀ ਉਧਰ ਲਵਾ ਦੇਣੀ ਕਿ ਜਦੋਂ ਉਧਰ ਲੱਗੀ ਸੀ ਤੂੰ ਨਹੀਂ ਮੇਰਾ ਸੂਟ ਆ ਆਰਡਰਾਂ ਨਾਲ ਅੜਦਾ ਵਾ ਤੇ ਭਾਬੀ ਇੱਧਰ ਲਵਾ ਜੇ ਇੱਧਰ ਲਵਾਤੀ ਹੁਣ ਆਂਦੀ ਉਧਰ ਲਵਾ ਦੋ ਨਹੀਂ ਨਾਲ ਤੇ ਰਾਹ ਬੰਦ ਹੋ ਨਾਲ ਝਾੜੂ ਨਹੀਂ ਲੱਗਦਾ ਮੇਰੇ ਕੋ ਤੇ ਮੈਂ ਤਾਂ ਕਹਿ ਕੇ ਬਹੁ ਹੁਣ ਇੱਧਰ ਲਵਾਈ ਹੁਣ ਇੱਥੇ ਰਹਿਣ ਦੇਣੀ ਮੈਂ ਤੇ ਲਵਾ ਦੋ ਹੋ ਗਾਰਡਰ ਚੁੱਕ ਕੇ ਤੇ ਵੇਲੀ ਛੱਡ ਆਓ ਕੌਣ ਛੱਡ ਕੇ ਡੈਡੀ ਨੂੰ ਕਹੋ ਤੇ ਡੈਡੀ ਤਾਂ ਅੱਖ ਕੰਨ ਹੀ ਨਹੀਂ ਕਰਦੇ ਕੰਮ ਵੱਲ ਤੇ ਫਿਰ ਇੱਧਰ ਲੰਘਣਾ ਕਿੱਦਾਂ ਹੁੰਦਾ ਵਾ ਇੱਧਰ ਵੀ ਲੰਘ ਜੇ ਬੰਦਾ ਤੇ ਮੈਂ ਝਾੜੂ ਲਾਉਣਾ ਹੁੰਦਾ ਫਿਰ ਝਾੜੂ ਨਹੀਂ ਚੱਜ ਨਾਲ ਲੱਗਦਾ ਫਿਰ ਤੂੰ ਕਹਿਣਾ ਇੱਥੋਂ ਮਿੱਟੀ ਨਹੀਂ ਕੱਢੀ ਇੱਥੋਂ ਕੂੜਾ ਵਾ ਇੱਥੇ ਕੂੜਾ ਵਾ ਉਦਾਂ ਇੱਕ ਗੱਲ ਹੈ ਅਮਰਤ ਤੁਸੀਂ ਸਾਡੀ ਗੱਡੀ ਵੇਖ ਕੇ ਸਾੜੀ ਗਈਆਂ ਜੇ ਕਿਉਂ ਭਾਬੀ ਅਸੀਂ ਕਿਉਂ ਸੜਨਾ ਵਾ ਅਸੀਂ ਤਾਂ ਕਿਤੇ ਸੋ ਸੁਖਣਾ ਸੁਖੇ ਪਿਆਦਾ ਵੀਰ ਗੱਡੀ ਨਾਲ ਇੱਧਰ ਰਾਤ ਕਦੀ ਇੱਧਰ ਹੁਣ ਉਦਾਂ ਉਹਦਾ ਮਨਪ੍ਰੀਤ ਦਾ ਫੋਨ ਆਉਂਦਾ ਹੀ ਦਿੰਦਾ ਉਹਨੇ ਵੀ ਕਿਤੇ ਚਾਣਾ ਨਹੀਂ ਇਹ ਕਿਹਾ ਵੀ ਮੈਂ ਵਧਾਈ ਦੇ ਦਾਂ ਆਪਣੀ ਭਾਬੀ ਵਧਾਈ ਤੇ ਉਹ ਤਾਂ ਦਵੇ ਜੇ ਤੂੰ ਦੱਸੇ ਤੂੰ ਦੱਸਿਆ ਉਹਨੂੰ ਤੇ ਨਹੀਂ ਤੇ ਤੁਸੀਂ ਪਿਓ ਤੇ ਫੋਨ ਤੇ ਲੱਗੇ ਰਹਿੰਦੇ ਤੇ ਤੁਸੀਂ ਨਹੀਂ ਦੱਸ ਸਕਦੇ ਪਰ ਭਾਬੀ ਫਰਜ਼ ਤੇ ਤੇਰਾ ਹੈ ਨਾ ਮੇਰਾ ਹੀ ਫਰਜ਼ ਸਾਰਾ ਘਰ 'ਚ ਰਹਿ ਗਿਆ ਤੁਹਾਡਾ ਪਿਓ ਤੇ ਦਾ ਕੋਈ ਫਰਜ਼ ਨਹੀਂ ਅੱਛਾ ਭਾਬੀ ਫਿਰ ਕਿਉਂ ਝੂਠ ਬੋਲਦੀ ਆ 5-6 ਮਿਸ ਕਾਲਾਂ ਤੇ ਮੈਂ ਉਹਦੀਆਂ ਆਪ ਵੇਖੀਆਂ ਤੇਰੇ ਫੋਨ ਤੇ ਤੂੰ ਉਹਦਾ ਫੋਨ ਹੀ ਨਹੀਂ ਚੁੱਕਿਆ ਗੱਡੀ ਦਾ ਸ਼ੈੱਡ ਬਣ ਲਿਆ ਹੀ ਪੇਂਟ ਕਰਾਉਂਦੀ ਤੇ ਲੱਗੀ ਹੋਊ ਕਿਤੇ ਕੰਮ ਕੁਮ ਤੇ ਲੱਗੀ ਫਿਰ ਉਹ ਭਾਬੀ ਹੁਣ ਡੈਡੀ ਤਾਂ ਤੈਨੂੰ ਕਹਿ ਦਿੰਦਾ ਵੀ ਝਾੜੂ ਵੀ ਸੁੱਟ ਦਿਆ ਹੁਣ ਜਿਹੜੇ ਚੌਂਕ 'ਚ ਉਹਨੇ ਕਿੱਥੇ ਵੇਖਣਾ ਹੈ ਕੰਮ ਕਰਦੇ ਫੋਨ ਤੇ ਬਾਅਦ 'ਚ ਤਾਂ ਫੋਨ ਲੱਗ ਹੀ ਸਕਦਾ ਸੀ ਨਾ ਬਾਅਦ 'ਚ ਲੱਗ ਸਕਦਾ ਹੁਣ ਨਹੀਂ ਟਾਈਮ ਰਹਿੰਦਾ ਤੇ ਭਾਬੀ ਤੂੰ ਬੜੀ ਛੇਤੀ ਚੁੱਕਦੀ ਫਿਰ ਤੇ ਤੂੰ ਵਿਹਲੀ ਹੋ ਜਾਣੀ ਦਵਾ ਦਵਾ ਕੁੜੀ ਦਾ ਫੋਨ ਵਾਰੇ ਚੁੱਕਣ ਵਾਰੇ ਤੂੰ ਬਿਜ਼ੀ ਹੁੰਨੀ ਆ ਨੇ ਕੀਦੀ ਗੱਲ ਕਰਨੀ ਮੇਰੇ ਮਾਪੇ ਪੇਕੇ ਤਾਂ ਅਜੋ ਉਹਨਾਂ ਵੱਲੋਂ ਮੈਂ ਕਹਿੰਦੀ ਗੱਲ ਨਹੀਂ ਕਰਦੀ ਮੈਂ ਉਦਾਂ ਗੱਲ ਕਰਦੀ ਆ ਹੁਣ ਉਹ ਜਿਤਨੀ ਸਹੇਲੀਆਂ ਦਾ ਜੇ ਕਿਹਦਾ ਦੇ ਤੂੰ ਨਹੀਂ ਚੁੱਕਦੇ ਮਾਪੇ ਦਾ ਜੇ ਰਾਜੀ ਬਾਜੀ ਨਹੀਂ ਪੁੱਛਣੀ ਤੇ ਹੁਣ ਜੇ ਨਹੀਂ ਪਤਾ ਲੱਗਾ ਤੇ ਹੁਣ ਤੁਸੀਂ ਤਾਂ ਪਤੰਗੜ ਬਣਾਤਾ ਵਾ
ਤੇ ਫਿਰ ਬਾਅਦ ਚੋਂ ਲੱਗ ਹੀ ਜਾਂਦਾ ਨਾ ਕਿ ਬਾਅਦ ਚੋਂ ਨਹੀਂ ਲੱਗਦਾ। ਚੱਲ ਆ ਜੇ ਨਾਲੇ ਤੁਸੀਂ ਗੱਲ ਕਰ ਰਹੇ ਹੋ ਨਾ, ਆ ਜੇ ਵੇਖ ਜੇ ਤੇ ਨਾਲੇ ਮੈਂ ਡੱਬਾ ਦੇ ਦਾਂਗੀ ਉਹਨੂੰ ਗੱਡੀ ਦਾ। ਤੇ ਫਿਰ ਅਗਲੀ ਨੇ ਵਧਾਈ ਵੀ ਤੇ ਉਨੀ ਕੀ ਦੇਣੀ ਜਿੰਨਾ ਕੁ ਤੂੰ ਦੱਸਿਆ ਉਹਨੂੰ। ਆ ਮੇਰੇ ਕੋਲ ਨਹੀਂ ਲੱਗਦਾ ਨਾਲ ਝਾੜੂ, ਫਿਰ ਤੂੰ ਨੁਕਸ ਕੱਢਣੇ, ਮੇਰਾ ਕੀ ਫਾਇਦਾ ਝਾੜੂ ਲਾਉਣ ਦਾ। ਡੈਡੀ ਨੇ ਤੈਨੂੰ ਲਾਉਣ ਵੀ ਨਹੀਂ ਦੇਣਾ ਡੈਡੀ ਤੇ, ਤੂੰ ਉਦਾਂ ਵੀ ਨਹੀਂ ਕੰਮ ਕਰਕੇ ਰਾਜੀ। ਜੇ ਤੂੰ ਲਾਉਣ ਹੀ ਨਹੀਂ ਦੇਣਾ ਚੱਜ ਨਾਲ, ਜੇ ਤੂੰ ਲਾਉਂਦੇ ਆ ਨੁਕਸ ਕੱਢਣੇ ਤੇ ਫਿਰ ਸਾਡਾ ਲਾਉਣ ਦਾ ਫਾਇਦਾ ਕੀ ਝਾੜੂ? ਨੁਕਸ ਕਾਹਦੇ ਇਹਦੇ ਕੱਢਣੇ? ਹੁਣ ਜੇ ਬਗਾਨੇ ਘਰ ਜਾਏਗੀ ਕਿਸੇ ਨੇ ਤਾਂ ਇਹੋ ਕਹਿਣਾ ਵੀ ਮਾਂ ਨੀ ਭਾਬੀ ਨੇ ਮੱਤ ਨਹੀਂ ਦਿੱਤੀ, ਜੇ ਤੁਹਾਨੂੰ ਮੱਤ ਦਿਓ ਤੁਸੀਂ ਤਾਂ ਉਲਟ ਪੈਂਦੀ ਜੇ। ਭਾਬੀ ਪਿਆਰ ਨਾਲ ਵੀ ਸਮਝਾਇਆ ਜਾਂਦਾ, ਪਿਆਰ ਨਹੀਂ ਕਦੇ ਨਹੀਂ ਕਹਿੰਦੇ ਕੋਈ, ਪਿਆਰ ਨੂੰ ਹੋਰ ਕਿਸ ਤਰ੍ਹਾਂ ਕਹਾਂ ਤੈਨੂੰ, ਰਹਿਣ ਦੇ। ਲੈ ਖਾ ਖਾ। ਤੇ ਛੋਟਾ ਛੋਟਾ ਕਰ ਦੇਣਾ, ਏਡਾ ਵੱਡਾ ਕਿੱਦਾਂ ਮੈਂ ਖਾਉਂਗੀ? ਛੋਟਾ ਹੀ ਆ ਪਹਾੜ ਵਾਏ ਤੇ ਹੋਰ ਸਾਰਾ ਮੂੰਹ ਲਿਬੜ ਜਾਣਾ ਮੇਰਾ। ਦੰਦਾਂ ਨਾਲ ਕਰ ਲਾ ਹਾਂ ਛੋਟਾ, ਕਰਦਾ ਜੇ ਵਿਹਲੀ ਨਹੀਂ ਉਹ ਬੜਾ ਕੱਟਣ ਵਾਲਾ ਪਿਆ ਵਾ। ਨਹੀਂ ਤੇ ਆਹ ਮੇਰੇ ਜੋਗਾ ਕੱਟ ਲੈ ਖਾ, ਕਿਹਨੂੰ ਦੇਣਾ ਉਹਨੂੰ? ਇਹ ਖਾ ਲਾਂਗੇ ਹੌਲੀ ਹੌਲੀ, ਤੂੰ ਖਾ ਜਿੰਨਾ ਖਾਧਾ ਜਾਂਦਾ। ਮੈਂ ਤੇ ਖਾ ਲੂੰਗੀ। ਉੱਥੇ ਰੱਖ ਦਾਂਗੇ, ਜਿੰਨੇ ਖਾਣਾ ਉਹ ਖਾ ਲੂ ਆਪੇ। ਮਹਿੰਗੇ ਭਾਅ ਦਾ ਉੱਥੇ ਰੱਖ ਦਾ, ਰਿੱਚ ਲਪਾ ਕੇ ਰੱਖਿਓ, ਕੋਈ ਖਾ ਨਾ ਲਈ। ਮਹਿੰਗੇ ਭਾਅ ਦਾ ਬਾਏ ਹੀਰੇ ਵੇਚ ਕੇ ਲਿਆ। ਸੁਣੋ ਮੈਂ ਕਿਹਾ ਹਾਂ ਖਾ ਗਏ ਨਾ ਤੇ ਗੱਦੇ ਸੁਪਨੇ ਪਾ ਦੇ ਬਾਹਰ, ਮੈਂ ਸਾਰੇ ਪਾ ਤੇ ਹੀ ਤੁਹਾਡੇ ਅੰਦਰ ਦੇ ਰਹਿ ਗਏ। ਉਹ ਨਹੀਂ ਨਹੀਂ ਆਪਾਂ ਨਹੀਂ ਪਾਉਣੇ ਪੁਣੇ, ਮੈਂ ਭਰਾ ਰੈਸਟ ਕਰਨੀ, ਅੱਜ ਮਹਾ ਛੁੱਟੀ ਮਿਲੀ ਆ। ਤੇ ਤੂੰ ਮੰਜਾ ਡਾਲੀ ਇੱਥੇ ਤੇ ਉਹ ਜਾਂ ਉਦਾਂ ਹੀ, ਮੇਰੇ ਕੋ ਨਹੀਂ ਮੰਜੇ ਮੁੰਜੇ ਸੁੱਤਾ ਜਾਂਦਾ, ਮੈਨੂੰ ਕਦੇ ਬਿਨਾਂ ਨੀਂਦ ਹੀ ਨਹੀਂ ਆਉਣੀ। ਮੈਂ ਕਹਿੰਦੀ ਚੱਲ ਧੁੱਪ ਲੱਗ ਜਾਂਦੀ ਸੁਮਨ, ਵੇ ਸਫਾਈ ਕੀਤੀ ਵਧੀਆ ਹੋ ਜਾਣੀ ਆ ਫਿਰ ਮੈਂ ਚੱਲ। ਤੁਸੀਂ ਤੇ ਵਿਹਲੀ ਆ, ਜਾਓ ਜਾ ਕੇ ਕਰੋ, ਹੋਰ ਹੈਗੀ ਸਫਾਈ ਬਥੇਰੀ, ਸਾਰਾ ਘਰ ਪਿਆ ਸਫਾਈ ਕਰਨ ਨੂੰ। ਮੈਂ ਕਹਿੰਦੀ ਹੋਰ ਦਹਾਂ ਦਿਨਾਂ ਤੱਕ ਖੁਸ਼ੀ ਆ ਜਾਣੀ ਆ, ਫਿਰ ਨਹੀਂ ਚੰਗੇ ਲੱਗੀਦਾ ਇੰਨਾ, ਫਿਰ ਖਲਾਰਾ ਖਲੂਰਾ ਸਾਰੇ ਰਿਸ਼ਤੇਦਾਰਾਂ ਨੇ ਤਾਂ ਉਹਨੂੰ ਵੇਖਣਾ ਮੂੰਹ ਚੁੱਕ ਚੁੱਕ ਕੇ। ਤਾਂ ਉਹਨੂੰ ਵਹਿੰਦੇ ਰਹਿਣ ਉੱਤੇ ਸਫਾਈ ਆ ਨਾ, ਤੇ ਫਿਰ ਵੀ ਬੈੱਡ ਨੂੰ ਇੱਧਰ ਉੱਧਰ ਕਰਾਂਗੇ, ਫਿਰ ਹੀ ਜਾਲੇ ਲਾਵਾਂਗੇ। ਨਹੀਂ ਆਪ ਮੈਂ ਨਹੀਂ ਪਾਉਣਾ, ਮੈਂ ਅੱਜ ਛੁੱਟੀ ਆ, ਮੈਂ ਕਰਨੀ ਅੱਜ ਰੈਸਟ, ਐਵੇਂ ਕਰਨਾ ਮੇਰੇ ਖਾਓ, ਜਾ ਕੇ ਹੋਰ ਕੋਈ ਕੰਮ ਕਰ ਲਓ। ਤੇ ਤੂੰ ਇੱਦਾਂ ਕਰ, ਤੂੰ ਉੱਪਰਲੇ ਕਮਰੇ 'ਚ ਜਾ ਕੇ ਰੈਸਟ ਕਰ ਲਾ। ਨਹੀਂ ਮੈਂ ਜਾਣਾ, ਜਦੋਂ ਮੈਂ ਕਹਿਣ ਡਿਆ ਮੈਨੂੰ ਨੀਂਦ ਹੀ ਨਹੀਂ ਆਉਂਦੀ ਹੋਰ ਕਿਤੇ, ਜਾਓ ਅੰਮ੍ਰਿਤ ਨੂੰ ਓਹੀ ਮੇਰਾ ਇਰਾਦਾ, ਮੈਂ ਜਾਣੀ ਆ ਤੇ ਓਹਨੂੰ ਲੈ ਆਉਂਦੀ ਆ, ਨਾਲੇ ਮੈਨੂੰ ਸੁੱਖ ਹੋ ਜੂ ਕੰਮ ਚ, ਨਾਲੇ ਚੱਲ ਫਿਰ ਵੀ ਆਇਆ ਗਿਆ ਹੋਣਾ ਪ੍ਰਾਹੁਣਾ ਤੇ ਨੱਠੀ ਭੱਜੀ ਕੰਮ ਕਰ ਦੇਣੂਗੀ ਲਾਗੇ। ਓਹਨੇ ਬੜਾ ਕੰਮ ਕਰ ਲੈਣਾ ਵਾ। ਆਹੋ ਇੱਥੇ ਤੁਹਾਨੂੰ ਮੈਂ ਨਹੀਂ ਦੇਖਦੀ ਕੰਮ ਕਰਦੀ, ਤੇ ਉਹ ਤੇ ਵਿਚਾਰੀ ਉੱਥੇ ਕਰਦੀ, ਤੁਹਾਨੂੰ ਕਿੱਥੋਂ ਦੇਖ ਜਾਣੀ। ਕਰੇ ਤਾਂ ਦਿਖੇ, ਜੇ ਮੈਂ ਕਿਹਾ ਗੱਦਾ ਪਾ ਦੇ ਸੁਕਨੇ ਤੇ ਉਹ ਵੀ ਅੱਡਾ ਲਾ ਕੇ ਬਹਿ ਗਿਆ। ਕੋਈ ਨਹੀਂ ਤੁਸੀਂ ਆਡੀ ਨਾ ਟੈਨਸ਼ਨ ਲਓ, ਆਪਣਾ ਕੰਮ ਕਰੋ। ਮੇਰੀ ਤਾਂ ਗੱਲ ਭਰਾਵਾ, ਤੁਸੀਂ ਹਰ ਕੋਈ ਟਲ ਤੇ ਚੜਾ ਦਿੰਦੇ ਜੀ। ਟਲ ਤੇ ਚੜਾ, ਤੁਹਾਨੂੰ ਤਾਂ ਨਹੀਂ ਨਾ ਚੜਾਇਆ, ਤੁਹਾਡਾ ਬਸ ਚੜੇ ਤੇ ਚੜਾ ਵੀ ਦਿਓ ਤੁਸੀਂ। ਨਹੀਂ ਤੇ ਤੁਸੀਂ ਕਾਹਤੋਂ ਧੱਕਿਆ ਪਾ ਲੈਂਦੇ ਆ ਤੇ ਕਾਹਤੋਂ ਪੇਟਦੇ? ਤੇ ਮੈਂ ਸੋਣਾ ਨਹੀਂ ਤੇ ਤੁਸੀਂ ਤਾਂ ਆਹ ਚਟਾਈ ਚਾਈ ਇੱਥੇ ਸੋ ਲਿਓ। ਚੱਲ ਸਾਲੀ ਚਟਾਈ ਦੀ, ਮੇਰੇ ਕੋਲ ਸੁੱਤਾ ਜਾਂਦਾ, ਸਫਾਈ ਹੋ ਜੂਗੀ ਨਾਲੇ। ਤੂੰ ਰਮਾਨ ਕਰ ਆਪਣਾ ਕੰਮ ਕਰ, ਖਾ ਤੂੰ ਜਿਹੜਾ ਕੰਮ ਕਰਨ ਵਾਲਾ। ਉਹ ਮੈਂ ਖਾਣੀ ਨਹੀਂ ਆ, ਖਾਣ ਨਹੀਂ ਆ। ਤੂੰ ਇਹ ਫਰੀ ਦੀ ਸਫਾਈ ਹੋਣੀ, ਮੁੜ ਕੇ ਪੈਸੇ ਦੇ ਕੇ ਕਰਾਉਣੀ ਕੇ ਕੋ। ਤੂੰ ਇਹਨੂੰ ਖਾ, ਮੇਰਾ ਸਿਰ ਨਾ ਖਾ, ਬਹੁਤੀ ਸਿਆਣੀ ਨਾ ਬਣ।
ਪ੍ਰਾਹੁਣੇ ਆਉਂਦੇ ਆ ਤੇ ਸੋਹਣਾ ਲੱਗਦਾ ਘਰ ਹਨਾ, ਤੇ ਸੁਮਨ ਨੂੰ ਤੇ ਮੈਂ ਪਹਿਲਾਂ ਹੀ ਨੀ ਕਿਹਾ ਤੇ ਹੁਣ ਪਰ ਮੇਰੇ ਕੋਲ ਕੱਲੀ ਕੋ ਵੀ ਨੀ ਨਾ ਹੁੰਦਾ, ਤੇ ਜੇ ਮੈਂ ਡੈਡੀ ਸਗੋਂ ਮੈਨੂੰ ਗੁੱਸੇ ਹੋਣ ਡੇਈ ਓ ਵੀ ਪੁੱਤ ਨਾ ਕਰ ਨਾ ਕਰ, ਲੱਕ ਪੀੜ ਹੋ ਜੂਗੀ ਤੇਰੇ, ਸੁਮਨ ਕਿੱਥੋਂ ਕੰਮ ਹੋਣਾ ਯਾਰ ਕੋ। ਆਹੋ ਤੇ ਉਹਨੂੰ ਤੇ ਮੈਂ ਕਿਹਾ ਹੀ ਨੀ, ਤੇ ਸੁੱਖ ਵੇਖ ਲੋ ਸਵੇਰ ਦੀ ਜੋ ਚਾਹ ਲੈ ਕੇ ਗਈ ਆ ਨਾ ਤੇ ਉੱਪਰ ਬੈਠੀ ਆ ਜਾ ਕੇ, ਤੇ ਹੁਣ ਮੈਂ ਦੱਸ ਕੀ ਕਰਾਂ। ਕਿੰਨੀ ਅੱਖਾਂ ਸਫਾਈਆਂ ਕਰਨ ਵਾਸਤੇ ਮੈਨੂੰ ਤਾਂ ਕਰਨੀਆਂ ਹੀ ਪੈਂਦੀਆਂ ਵਾ, ਹੁਣ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਓ, ਮੈਨੂੰ ਤਾਂ ਫਿਰ ਜੀ ਗਲਾ ਆਉਣ ਦਾ ਪੈਂਦਾ। ਜੇ ਸਫਾਈਆਂ ਕਰਦੀਆਂ ਸ਼ਿਕਾਇਤ ਨਾ ਲਾਇਆ ਕਰ। ਸ਼ਿਕਾਇਤਾਂ ਥੋੜਾ ਲਾਉਣ ਦੀ ਆ, ਗੱਲ ਪਤਾ ਕੀ ਹੋਈ, ਮੈਂ ਸੋਨੂੰ ਨੂੰ ਕਿਹਾ ਮੈਂ ਹਾਂ ਸੋਨੂੰ ਜਦੋਂ ਤੁਹਾਨੂੰ ਪਤਾ ਪਿਛਲੀ ਵਾਰੀ ਮੈਂ ਇਹਨਾਂ ਦੇ ਗੱਦੇ ਬਿਨਾਂ ਚੁੱਕ ਪੁੱਛੇ ਚੁੱਕ ਕੇ ਨਾ ਤੇ ਸੁੱਕਣੇ ਪਾਤੇ ਸੀਗੇ, ਤੇ ਤਾਂ ਵੀ ਇਹ ਕਹਿੰਦਾ ਸੀਗਾ ਵੀ ਕੀ ਕਰਨ ਨੂੰ ਤੁਸੀਂ ਸਾਨੂੰ ਪੁੱਛ ਤੇ ਲਿਆ ਕਰੋ ਹਨਾ, ਤੇ ਇਹਨਾਂ ਦੇ ਪ੍ਰਾਹੁਣੇ ਆਉਣੇ ਸੀ ਮੈਨੂੰ ਨਹੀਂ ਸੀ ਪਤਾ, ਮੈਨੂੰ ਜਾਂ ਤੇ ਦੱਸਦੇ ਹੁਣ ਤਾਂ ਹੀ ਮੈਂ ਤੈਨੂੰ ਆਨਾ ਵਾ ਜਾਂ ਕੰਮ ਕਰਿਆ ਨਾ ਕਰ ਤੇ ਜਾਂ ਸਕੈਤ ਨੂੰ ਲਿਆ ਕਰ। ਮੈਂ ਹੁਣ ਉਹਨੂੰ ਕਿਹਾ ਮੈਂ ਹਾਂ ਵੀ ਤੂੰ ਚੁੱਕ ਕੇ ਰੱਖ ਦੇ, ਪਰ ਉਹ ਹੁਣ ਅੱਗੋਂ ਮੈਨੂੰ ਬੋਲਣ ਡੈ ਪੈਂਦਾ ਵਾ, ਮੈਂ ਕਹਿੰਦਾ ਨਾ ਤੂੰ ਕੰਮ ਕਰਦੀ ਨਾ ਅੰਮ੍ਰਿਤ ਕਰਦੀ ਆ, ਮੈਂ ਦੱਸ ਮੈਨੂੰ ਤੇ ਗੱਲਾਂ ਕਰਨੀਆਂ ਕਰਨੀਆਂ, ਮੇਰੀ ਭੈਣ ਨੂੰ ਕਰ ਦਿੰਦੇ, ਮੇਰੇ ਪਿਓ ਨੂੰ ਕਰਦੇ, ਮੇਰੀ ਮਰੀ ਮਾਂ ਨੂੰ ਵੀ ਕਰ ਦਿੰਦੇ ਆ, ਜਦ ਮਾਂ ਨੂੰ ਨੋਲਣਾ ਕਿੱਥੋਂ ਦੀ ਗੱਲ ਹੁੰਦੀ ਆ। ਯਾਰ ਤੇਰੀ ਮੈਨੂੰ ਹਾਂ ਗੱਲ ਗਲਤ ਲੱਗਦੀ ਆ, ਆਪਣਾ ਕੰਮ ਕਰਿਆ ਕਰ ਜਿਹੜਾ ਤੇ ਕੁੜ ਕੁੜ ਨਾ ਕਰਿਆ ਕਰ, ਮੈਨੂੰ ਤੇ ਕਿੰਨੋਂ ਸੁਣਾਇਆ ਕਰਾਂ ਦੁੱਖ, ਮੇਰੀ ਕਿਹੜੀ ਮਾਂ ਵਾ ਸੁਣਨ ਵਾਲੀ, ਹੈ ਡੈਡੀ ਨੂੰ ਮੈਂ ਉਦਾਂ ਨਹੀਂ ਲੱਗੇ ਬਹਿਣ ਨਾਲ, ਮੰਮੀ ਸ਼ਿਕਾਇਤ ਲਾਉਂਦੀ ਤੂੰ ਆਜੀ ਤੂੰ ਸ਼ਿਕਾਇਤ ਲਾਉਂਦੀ ਮੈਂ ਸ਼ਿਕਾਇਤ ਹੁਣ ਅਸੀਂ ਬਣਿਆ ਵਾਂ। ਜਦ ਫਿਰ ਵੀ ਹੁੰਦਾ ਹੀ ਆ ਫਿਰ ਕਿਹਨੂੰ ਦੱਸਣਾ ਹੁੰਦਾ, ਨਹੀਂ ਤੇ ਮੰਮੀ ਆ ਗਈ ਆ ਬਹਿ ਜਾ ਹੁਣ। ਮੰਮੀ ਕਿੱਥੋਂ ਆਈ? ਮੈਂ ਤੇ ਆ ਤੇਰੇ ਤਾਈ ਦੇ ਘਰੋਂ ਆਈ ਪੁੱਤ, ਤੇ ਪਰ ਤੂੰ ਹੀ ਇੱਥੇ ਧੁੱਪੇ ਕੀ ਕਰਨ ਖਲੋਤੇ? ਮੰਮੀ ਗੱਲ ਸੁਣ ਲੈ ਮੇਰੀ। ਹਾਂ ਚਲੋ ਸੁਮਣ ਕੋ ਨਹੀਂ ਕੰਮ ਹੁੰਦਾ। ਆਹੋ ਉਹ ਵੀ ਸੁੱਖ ਉਹ ਕਰਦੀ ਹੈ। ਹਾਏ ਉਹਨੂੰ ਤਾਂ ਇੰਨਾ ਜ਼ੁਕਾਮ ਹੋਇਆ ਕਿਤੇ ਖੰਗ ਛਿੱਕਾਂ ਆਉਣ ਡਈਆਂ ਵਾ। ਚਲ ਹੁਣ ਮਾੜਾ ਮਾੜਾ ਜ਼ੁਕਾਮ ਹੋਊ ਪਹਿਲਾਂ ਕਰਦੀ ਹੈ। ਹਾਏ ਪਹਿਲਾਂ ਕੰਮ ਹੀ ਨਹੀਂ ਕਰਦੀ ਉਹ? ਕਿੱਥੋਂ ਕਰਦੀ ਉਹ? ਲੈ ਦੱਸ ਕੌਣ ਕਰਦਾ ਕੰਮ ਹੋਰ? ਆ ਮੇਰੇ ਨਾਲ ਲੱਗੀ ਰਹੀ ਫਾਏ। ਕੱਲੀ ਕਰਦੀ ਆ? ਤੇ ਹੋਰ 10 12 ਜੀ ਹੀ ਕਰਦੇ ਤੇ ਕੱਲੀ ਕੰਮ ਕਰਦੀ ਆ। ਬੱਲੇ ਬੱਲੇ ਤੁਸੀਂ ਵੀ ਸ਼ਹਿਰਾਂ ਤੇ ਆਈ ਹੋ, ਉਹ ਮਾਰਣੀ ਉੱਤੇ ਬੈਠੀ ਆ। ਮੇਰੀ ਗੱਲ ਸੁਣ ਲੈ ਭਰਾਵਾ, ਬੈਲ ਵੱਜਦੀ ਮੜੀ ਫੋਨ ਲੈ ਕੇ ਉੱਤੇ ਬਹਿ ਜਾਂਦੀ ਆ। ਤੂੰ ਰਹਿਣਾ ਪਿਆੜੀਆਂ 'ਚ, ਤੈਨੂੰ ਨਹੀਂ ਪਤਾ ਮਗਰੋਂ ਕੀ ਕੰਮ ਚੱਲਦਾ, ਸਵੇਰੇ ਸਵੇਰੇ ਕੰਮ ਦਾ ਇੰਨਾ ਤਾੜ ਹੁੰਦਾ, ਸਾਰਾ ਟੱਬਰ ਹੀ ਕੰਮ ਕਰਦਾ ਸਵੇਰੇ ਸਵੇਰੇ, ਤੈਨੂੰ ਵੀ ਤਾੜ ਹੁੰਦਾ, ਮੈਂ ਪੱਠੇ ਵੱਢ ਲਾਂ ਠੰਡੇ ਠੰਡੇ, ਤੇ ਜਦੋਂ ਅਸੀਂ ਖਿੱਲਰ ਪੁੱਲਰ ਜਾਂਦੇ ਕੰਮ ਕਰਕੇ ਤੇ ਉਦੋਂ ਮਾਸਾ ਕੰਮ ਕਰਦੀ ਆ, ਉਹ ਸਾਰਿਆਂ ਦੇ ਹੰਡਾ ਪੈਂਦੀ, ਤੇਰੇ ਪਿਓ ਨੂੰ ਬੜੀ ਦੇਖਦੀ ਆ, ਉਹ ਤੇ ਜ਼ਿਆਦੀ ਛਿੰਦੀ ਧੀ ਆ ਉਹਦੀ। ਮੰਮੀ ਉਹ ਕਿੰਨਾ ਗੱਲਾਂ ਕਰਦੀ ਆਪਣੇ ਘਰ ਵਾਲੇ ਨਾਲ, ਇੰਨੀਆਂ ਗੱਲਾਂ ਹੁੰਦੀਆਂ ਵਾ। ਮੈਨੂੰ ਨਹੀਂ ਕਿਸੇ ਗੱਲ ਦਾ ਪਤਾ, ਤੂੰ ਹੁਣ ਉਹਦਾ ਬਣ ਗਿਆ ਵਾ ਰੰਨ ਦਾ ਮਜ਼ਦੂਰ। ਮੰਮੀ ਫੇਰ ਵੀ ਮੇਰੀ ਘਰ ਵਾਲੀ ਆ, ਮੈਨੂੰ ਪੱਖ ਲੈਣਾ ਪੈਣਾ ਉਹਦਾ। ਪੱਖ ਤੇ ਲੈਣਾ ਪੈਣਾ, ਗੱਲ ਜਿਹੜੀ ਸਹੀ ਹੁੰਦੀ ਉਹਦਾ ਪੱਖ ਲਈਦਾ ਹੁੰਦਾ ਵਾ, ਉਲਟ ਗੱਲਾਂ ਦਾ ਪੱਖ ਲਈਦਾ। ਹੁਣ ਤੈਨੂੰ ਆਣ ਕੇ ਖਰੇ, ਹੁਣ ਮੈਨੂੰ ਕੀ ਪਤਾ ਕੀ ਕਹਿ ਗਈ। ਦਿਹਾੜੇ ਦਾ ਕੰਮ ਵਾ, ਸਫਾਈਆਂ ਕਰਨ ਵਾਲੀਆਂ ਵਾ, ਤੇ ਸਾਰੀ ਦੁਨੀਆ ਸਫਾਈਆਂ ਕਰਨ ਡਈ ਆ, ਕੋਈ ਸਹਾਨ ਨਹੀਂ ਕਰਨ ਡਈ ਉਹ। ਆ ਤੋ ਕੱਲੀ ਫਾਈ ਲੱਗੀ ਆ ਨਾ ਤੈਨੂੰ, ਮੈਂ ਅੱਗੇ ਦੱਸਿਆ ਵੀ ਸਾਰਾ ਕੁਝ ਕੀਤਾ, ਨਾਲ ਦੀਆਂ ਦੂਜੀਆਂ ਨੇ ਵੀ, ਸੁਮਨ ਵੀ ਜਿੰਨੇ ਜੋਗੀ ਆ ਗਈ, ਫੇਰ ਵੀ ਉਹ ਕਰਦੀ ਆ ਮਾੜਾ ਮੋਟਾ, ਤੇਰੀਆਂ ਅੱਖਾਂ ਤੇ ਪੱਟੀ ਵੱਜੀ ਆ। ਮੰਮੀ ਤਨੇ ਨਾ ਤੇ ਬਰਾਬਰ ਰੱਖਿਆ ਕਰਾਂ। ਕਿੱਦਾਂ ਬਰਾਬਰ ਰੱਖਿਆ ਕਰਾਂ? ਹੋਰ ਨੀੜਾ ਕੱਪੜਾ ਬਰਾਬਰ ਲਿਆ ਕੇ ਦਿੰਦੀ, ਖਾਣ ਨੂੰ ਬਰਾਬਰ ਲਿਆ ਕੇ ਦਿੰਦੀ ਆ। ਕੰਮ ਵੰਡ ਕੇ ਦੇ, ਤਾਂ ਸੁਮਨ ਦਾ ਨਹੀਂ ਕੰਮ ਜੇ ਹੋਣਾ, ਦੋਵਾਂ ਨੂੰ ਕੰਮ ਵੰਡ ਦੇ।
ਹਾਏ ਹਾਏ, ਮੈਂ ਅੱਗੇ ਨਾ ਪਿੱਛੇ ਕੰਮ ਭਰਾਵਾ ਵੰਡਿਆ, ਨਾ ਮੈਂ ਅੱਗੇ ਇੱਥੇ ਵੰਡਣਾ ਕੰਮ, ਤਾਂ ਨਾ ਮੈਨੂੰ ਪਤਾ ਜਿੰਨਾ ਹੁੰਦਾ ਕਰੋ, ਬਾਕੀ ਮੈਂ ਆਪੇ ਕਰ ਲਿਆ ਕਰੂੰਗੀ। ਇਹ ਵੀ ਛੱਡ ਦੇਵੇ ਆ ਕੰਮ, ਇਹਨੂੰ ਮੈਂ ਫੜ ਫੜ ਕੇ ਡਾਉਣ ਡਈ ਵੀ ਬਾਹੋਂ ਫੜ ਫੜ ਕੇ ਇਹਨੂੰ ਡਈ ਆ ਡਾਉਣ। ਮਨਜੋਤ ਇੱਕ ਪਾਸੇ ਦੀ ਗੱਲ ਕਰ ਲਾ, ਜਾਂ ਮੇਰੇ ਵੱਲ ਦੀ ਕਰ ਲਾ, ਜਾਂ ਉਹਦੇ ਵੱਲ ਦੀ ਕਰ ਲਾ। ਮੰਮੀ ਮੈਂ ਸਾਰਿਆਂ ਦੀ ਗੱਲ ਕਰਨ ਡਿਆ। ਸਾਰਿਆਂ ਦੀ ਕਰਨੀ ਤੇ ਫਿਰ ਮੈਨੂੰ ਵੀ ਦੱਸ ਕੋਈ ਚਾਹੀਦੀ ਗੱਲ, ਤੂੰ ਸਾਰੀ ਸਾਈਡ ਹੀ ਹੁਣ ਉਹਦੀ ਲੈਣ ਡਿਆ। ਮੈਨੂੰ ਦੇਖਣ ਡਿਆ ਸਭ ਕੁਝ ਕੀ ਚੱਲ ਰਿਹਾ। ਤੈਨੂੰ ਕੱਖ ਨਹੀਂ ਗਾ ਦੇਖਦਾ ਭਰਾਵਾ, ਤੈਨੂੰ ਤੇ ਉਦਾਂ ਹੀ ਚੁਗਲੀਆਂ ਉਹ ਲਾ ਗਈ ਆ, ਤੇ ਤੂੰ ਉਹ ਜਿਹਾ ਮੰਨ ਗਿਆ ਵਾ। ਮੰਮੀ ਮੈਂ ਵੇਨਾ ਅੱਖੀ ਵੇਨਾ ਵਾ। ਲੈ ਪਿਆ ਮੁੰਡੇ ਨਾਲ ਮੈਂ ਕੀ ਕਰਾਂ ਕੰਮ, ਬੜਾ ਇਹਨੇ ਦੁਖੀ ਕੀਤਾ। ਸਾਰਿਆਂ ਨੂੰ ਥਾਂ ਥਾਂ ਰੱਖ, ਤੇਰੀਆਂ ਭਰਜਾਈਆਂ ਲੱਗਦੀਆਂ ਵਾ, ਤੇਰੀਆਂ ਧੀਆਂ ਭੈਣਾਂ ਵਰਗੀਆਂ ਵਾ। ਤੂੰ ਇਹਦੀ ਗੱਲ ਦੇ ਮਗਰ ਸੁਣ ਕੇ ਤਾਂ ਦੂਜਿਆਂ ਨਾਲ ਨਾ ਲੜਾਈ ਪਾ ਦੇ, ਇਹਦਾ ਪਤਾ ਕੀ ਇਰਾਦਾ ਈ ਓ, ਇਹ ਹੁਣ ਭਰਾ ਭਰਾ ਫਸ ਫਸ ਕੇ ਮਰਨ। ਮੰਮੀ ਕਿਤੇ ਨੀ ਫਸਦੇ ਆਪਾਂ। ਚੰਗਾ, ਜੋ ਤੇਰਾ ਜੀ ਕਰਦਾ ਕਰ ਲਾ, ਤੇ ਮੈਂ ਚੱਲੀ ਓ ਘਰ ਨੂੰ, ਤੇ ਹੁਣ ਉਹਦੇ ਮਗਰ ਜਿੱਦਾਂ ਲੱਗਾ ਵਾ ਨਾ, ਉਦਾਂ ਉਹਦੀ ਸਾਈਡ ਲੈ ਲੈ ਗੱਲਾਂ ਕਰੀ ਜਾ ਬਸ। ਤੈਨੂੰ ਤੇ ਇੱਕੋ ਗੱਲ ਦਾ ਆਸਰਾ ਬਸ, ਵੀ ਮੇਰੀ ਬੁੱਢੀ, ਮੇਰੀ ਬੁੱਢੀ ਬੁੱਢੀ ਚੱਲ ਚੱਲੀ ਕਿਤੇ। ਲੈ ਵੀ ਮੰਮੀ ਵੀ ਹਾਦੀ ਕਰਦੀ ਆ, ਇਹਨੂੰ ਦੇਖਦਾ ਹੀ ਨੀ, ਵਿਚਾਰੀ ਇਕੱਲੀ ਕੰਮ ਕਰਦੀ ਆ, ਸੌ ਸੌ ਗੱਲਾਂ ਵਾਲੀ ਸੁਣਾਉਂਦੀ ਆ ਮੰਮੀ। ਚਲੋ ਮੈਂ ਕਰਾ ਦਿੰਦਾ ਨਾਲ ਕੰਮ, ਹੋਰ ਕੀ ਆ।